ਮੇਅਰ ਸਾਹਿਬ, ਐਮ ਸੀ ਸਾਹਿਬਾਨ, ਕਾਂਗਰਸ ਦੇ ਵਰਕਰ ਸਾਹਿਬਾਨ ਔਰ ਕਪੂਰਥਲੇ ਸਦਰ ਬਾਜ਼ਾਰ ਦੇ ਮੇਰੇ ਬਹੁਤ ਹੀ ਸਤਿਕਾਰਯੋਗ ਦੁਕਾਨਦਾਰ ਔਰ ਦੁਕਾਨਾਂ ਤੇ ਜਿਹੜਾ ਤੁਸੀਂ ਲੈਣਾ ਹੈ ਉਹ ਤੁਸੀਂ ਵੀ ਬੜੇ ਸਤਿਕਾਰਯੋਗ ਹੋ। ਅੱਜ ਸਰਦਾਰ ਕੁਲਵੀਰ ਸਿੰਘ ਸੀਰਾ ਜੀ ਨੂੰ ਆਪਾਂ ਸਦਰ ਬਾਜ਼ਾਰ ਦੇ ਵਿੱਚ ਸ਼ੋਪ ਟੂ ਸ਼ੋਪ ਬੇਨਤੀ ਕਰਨ ਲਈ ਤਾਂ ਕਿ 1 ਤਰੀਕ ਨੂੰ ਸਰਦਾਰ ਕੁਲਵੀਰ ਸਿੰਘ ਸੀਰਾ ਨੂੰ 7 ਵਜੇ ਵਾਲਾ ਬਟਨ ਹੱਥ ਕੇ ਵੋਟ ਵੀ ਪਾਈਏ ਅਤੇ ਜਿਤਾਈਏ ਵੀ। ਮੈਂ ਬਹੁਤ ਲੰਬਾ ਨਹੀਂ ਬੋਲਣਾ ਚਾਹੁੰਦਾ, ਰਾਣਾ ਗੁਰਜੀਤ ਸਿੰਘ ਦੇ ਉੱਤੇ ਤੁਸੀਂ ਇੱਕ ਵਾਰ ਨਹੀਂ ਪਿਛਲੇ 2 ਸਾਲਾਂ ਦੇ ਵਿੱਚ ਅਨੇਕ ਵਾਰ ਕਿਰਪਾ ਕੀਤੀ। ਇਸ ਵਾਰ ਮੈਂ ਹੱਥ ਜੋੜ ਕੇ ਸਰਦਾਰ ਕੁਲਵੀਰ ਸਿੰਘ ਜੀ ਦੇ ਲਈ ਟਿਕਟ ਮੰਗਣ ਆਇਆ। ਉਹਦਾ ਕਾਰਨ ਕਿ ਉਹ ਮੇਰੇ ਹਿੰਦੁਸਤਾਨ ਦੇ ਵਿੱਚ 500 ਲੋਕ ਸਭਾ ਦੀਆਂ ਜਿਹੜੀ 543 ਸੀਟ ਆ ਹਜ਼ੂਰ ਸਾਹਿਬ ਦੀ, ਇਹਦੇ ਵਿੱਚ ਇੱਕ ਇੱਕ ਵੋਟ ਪੈਣੀ ਚਾਹੀਦੀ ਆ। ਇੱਕ ਇੱਕ ਮੇਰੇ ਵਪਾਰੀ ਵੀਰ ਦਾ, ਮਜ਼ਦੂਰ ਵੀਰ ਦਾ, ਕਿਸਾਨ ਵੀਰ ਦਾ, ਸਾਰਿਆਂ ਦੀ ਦਿਲਚਸਪੀ ਹੋਣੀ ਚਾਹੀਦੀ ਆ। ਮੈਂ ਘਰੇ ਇਹ ਸ਼ਬਦ ਆਪਣੇ ਇਲੈਕਸ਼ਨ 'ਚ ਨਹੀਂ ਵਰਤੇ, ਆਪਣੇ ਇਲੈਕਸ਼ਨ 'ਚ ਦੱਸਿਆ ਹੋਊਗਾ ਮੈਂ ਆ ਕੀਤਾ, ਸਾਡੀ ਪਾਰਟੀ ਆ ਕਰੂਗੀ। ਅੱਜ ਮੈਂ ਦੱਸਣ ਦੀਆ ਕਿ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਕੀ ਆ। ਮੈਂ ਬੀਜੇਪੀ ਦੀ ਲੜਾਈ ਕਰਨ ਲਈ ਨਹੀਂ ਆਇਆ, ਮੈਂ ਸਿਰਫ ਤੁਹਾਨੂੰ ਇੱਕ ਵਾਸਤਾ ਦੇਣ ਲਈ ਆਇਆ ਕਿ 543 ਸੀਟ ਜਿਹੜੀ ਖਡੂਰ ਸਾਹਿਬ ਦੀ ਹੈ ਇਹਦੇ ਬਾਰੇ ਗੰਭੀਰਤਾ ਨਾਲ ਸੁਣਦੇ ਹੋਏ ਤੁਹਾਡੀ ਵੋਟ ਪੈਣੀ ਚਾਹੀਦੀ ਆ। ਤੁਹਾਡੀ ਵੱਖਰਾ ਮੁਲਕ ਚਾਹੀਦਾ, ਵੱਖ ਵੱਖ ਦੀਆਂ ਗੱਲਾਂ ਹੋਣੀਆਂ, ਅੱਜ ਠੱਲ ਪਾਉਣ ਦੀ ਲੋੜ ਹੈ। ਔਰ ਮੈਂ ਸਮਝਦਾ, ਮੈਂ ਪਿੱਛੇ ਗਿਆ ਅਕੋੜਾ ਸਾਹਿਬ ਔਰ ਸਾਡੇ ਨਾਮਦੇਵ ਜੀ ਨੇ ਉੱਥੇ ਇੱਕ ਮੀਟਿੰਗ ਰੱਖੀ ਸੀ ਸੈਂਟਰਾਂ ਦੀ। ਹੀਰਾ ਸਾਹਿਬ ਕਹਿਣ ਲੱਗੇ ਕਿ ਤੁਸੀਂ ਪਿੰਡਾਂ ਸੁਨੇਹਾ ਭੇਜੋ, ਮੈਂ ਨਾ ਪਿੰਡਾਂ ਸੁਨੇਹਾ ਨਾ ਭੇਜੂਗਾ, ਰਹਿਣਾ ਕਰੇਗਾ ਉਹਨਾਂ ਦਾ ਗੱਲ ਗੱਲ ਤੁਸੀਂ ਵਪਾਰੀ ਵੀਰਾਂ ਨਾ ਕਰੋ, ਸ਼ਹਿਰਦਾਰਾਂ ਨਾ ਕਰੋ। ਦੇਖੋ ਬੀਜੇਪੀ ਨੂੰ ਵੋਟ ਪਾਉਣਾ ਅਤੇ ਵੱਖ ਵੱਖ ਨੂੰ ਮਦਦ ਕਰਨ ਵਾਲੀ ਗੱਲ ਹੋਏਗੀ। ਕਾਰਨ ਜੇ ਸ਼ਹਿਰ ਦੇ ਲੋਕ ਜਿੰਨੀਆਂ ਵੋਟਾਂ ਵੱਧ ਤੋਂ ਵੱਧ ਕੁਲਵੀਰ ਸਿੰਘ ਸੀਰੇ ਨੂੰ ਪਾਉਣਗੇ
ਬਹੁਤ ਜ਼ਿਆਦਾ ਸੋਹਣਾ ਲੱਗਦਾ ਮੈਂ ਤੁਹਾਡਾ ਮੈਂ ਕਦੇ